पिछले एक महीने दौरान 5500 लोड़वंद परिवारों नूं राशन पहुंचा चुकी है फूड फॉर द नीडी एंड पुअर संस्था। पंजाब विच कोरोना वायरस से काबू करन लई लगाए गए कर्फ्यू कारण होंद विच आई संस्था फूड फॉर द नीडी एंड पुअर वालों पिछले एक महीने दौरान 5500 परिवारों नूं राशन सप्लाई किया जा चुका है। संस्था के मैंबरों का कहना है कि जदों तक कर्फ्यू लागू रहेगा लोड़वंदा नूं राशन दे पैकेटां दी सप्लाई जारी रहेगी। इस दे नाल ही हुण संस्था वल्लों लोड़वंद व्यक्तियों नूं उनां दे घरां विच ही लोड़ींदियां दवाइयां देण दी वी योजना तैयार की जा रही है। संस्था वल्लों स्थानक फेज 7 दे कम्यूनिटी सेंटर तों लोड़वंदा नूं राशन सप्लाई करन दा काम चलाया जा रहा है। इत्थे संस्था वल्लों थोक विच राशन दा समान खरीद के रख्या जांदा है अते राशन दे पैकेट तैयार करके लोड़वंदा दे घरों घरी सप्लाई कीते जांदे हन। संस्था दे कन्वीनर सरदार सविंदर सिंह ने दस्या। मैं सविंदर धमान जी, पहले तो सारयां दा बहुत शुक्रगुजार करांगे मोहाली वासियां दा, मोहाली प्रॉपर्टी कंसल्टेंट एसोसीएशन दा, या होर जिन्नी वैलफेयर सोसाइटियां है जिन्हां दे रेजिडेंशियल वैलफेयर सोसाइटियां या ट्रेडर या बिल्डर जिन्हां ने सानूं योगदान दित्ता ते इस मुहिम नूं आपां ਇੱਥੇ ਤੱਕ ਪਹੁੰਚਾ ਚੁੱਕੇ ਹਾਂ। ਅੱਜ ਇਹਨੂੰ ਇੱਕ ਮਹੀਨਾ ਹੋ ਗਿਆ। ਇਸ ਮਹੀਨੇ ਵਿੱਚ ਆਪਾਂ 5500 ਜਿਹੜੀ ਗਰੀਬ ਫੈਮਲੀਆਂ, ਨੀਡੀ ਫੈਮਲੀਆਂ, ਜਿਨ੍ਹਾਂ ਨੂੰ ਆਪਾਂ ਰਾਸ਼ਨ ਪਹੁੰਚਾ ਸਕੀਏ। ਤਾਂ ਸੀਗਾ ਜੀ, ਇੱਕ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਸੀਗਾ, ਲੇਕਿਨ ਲੋਕਾਂ ਦੇ ਸਹਿਯੋਗ ਤਪਕੇ, ਸਾਰੇ ਯਾਰ ਮਿੱਤਰਾਂ ਦੇ, ਦੋਸਤਾਂ ਦੇ, ਇਹ ਆਪਾਂ ਇੱਥੇ ਤੱਕ ਪਹੁੰਚ ਗਏ ਕਿ 5500 ਪਰਿਵਾਰ ਆਪਾਂ ਲਗਭਗ ਕਵਰ ਕਰ ਚੁੱਕੇ ਹਾਂ ਜੀ। ਅਤੇ ਹਜੇ ਵੀ ਸਾਡੇ ਕੋਲ 1000-1200 ਪਰਿਵਾਰ ਦਾ ਲਗਭਗ ਰਾਸ਼ਨ ਪਿਆ ਹੈ, ਜਿਹੜਾ ਆਪਾਂ ਰੋਜ਼ 200 ਜਾਂ 300 ਪਰਿਵਾਰਾਂ ਤੱਕ ਆਪਾਂ ਪਹੁੰਚਾਉਂਦੇ ਹਾਂ, ਨਿੱਡੀ ਪਰਿਵਾਰਾਂ ਤੱਕ। ਇਹਨਾਂ ਦੇ ਨਾਲ ਨਾਲ ਫਿਰ ਬੰਦ ਸੀਗਾ, ਕਰਫਿਊ ਸੀਗਾ, ਰਾਸ਼ਨ ਪਹੁੰਚਾਉਣ ਜਾਂਦੇ ਸੀ, ਫੀਲਡ 'ਚ ਦੇਖਦੇ ਸੀ ਗਊਆਂ ਵਿਚਾਰੀਆਂ ਭੁੱਕੀਆਂ ਘੁੰਮਦੀਆਂ, ਪਿਆਸੀਆਂ ਘੁੰਮਦੀਆਂ, ਜਾਂ ਹੋਰ ਕੁੱਤੇ ਜਾਂ ਜਿੰਨੇ ਵੀ ਹੈਗੇ ਜਾਨਵਰ, ਜਿਨ੍ਹਾਂ ਦਾ ਬੁਰਾ ਹਾਲ ਸੀ। ਆਪਾਂ ਇੱਕ ਉਪਰਾਲਾ ਉਹ ਵੀ ਸਟਾਰਟ ਕੀਤਾ ਸੀਗਾ ਜੀ, ਤਕਰੀਬਨ ਆਪਾਂ ਨੇ 26 ਤਰੀਕ ਨੂੰ ਇਹ ਮੁਹਿੰਮ ਸ਼ੁਰੂ ਹੋਈ ਸੀਗੀ ਜੀ, ਅਤੇ 2 ਜਾਂ 3 ਤਰੀਕ ਤੋਂ ਆਪਾਂ ਨੇ ਉਹ ਵੀ ਅਪ੍ਰੈਲ ਤੋਂ ਉਪਰਾਲਾ ਸ਼ੁਰੂ ਕੀਤਾ ਸੀ। ਗਾਇਆਂ ਵਾਸਤੇ ਆਪਾਂ ਰੋਜ਼ ਇੱਕ ਟੀਮ ਬਣਾਈ ਹੋਈ ਹੈ ਜੀ, 4 ਬੰਦਿਆਂ ਦੀ। ਉਹ ਟੀਮ ਦਾ ਕੰਮ ਹੈ ਡੇਲੀ, ਉਹਨੇ 5 ਕੁਇੰਟਲ ਚਾਰਾ ਹਰਾ ਲੈ ਕੇ ਆਉਣਾ, ਅਤੇ ਜਿੱਥੇ ਜਿੱਥੇ ਗਾਇਆਂ ਹੈਗੀਆਂ ਜੀ ਘੁੰਮਦੀਆਂ, ਜਿਹਨਾਂ ਜਿਹੜੀ ਪਾਲਤੂ ਨਹੀਂ ਹੈ ਕਿਸੇ ਦੀ, ਉਹਨਾਂ ਨੂੰ ਚਾਰਾ ਪਾਉਂਦੇ ਹਾਂ ਜੀ। ਅਤੇ ਤਕਰੀਬਨ ਆਪਾਂ 20 ਕੁਇੰਟਲ ਦਲੀਆ ਤਿਆਰ ਕਰਵਾਇਆ ਸੀਗਾ ਜੀ ਗਾਇਆਂ ਵਾਸਤੇ, ਜਿਹਦੇ ਵਿੱਚ ਰੋਜ਼ ਆਪਾਂ 1 ਕੁਇੰਟਲ ਦਲੀਆ ਉਹ ਘਾਹ ਵਿੱਚ ਮਿਲਾ ਕੇ ਜਾਂ ਵੈਸੇ, ਅਤੇ 15 ਕਿਲੋ ਆਟੇ ਦੀ ਆਪਾਂ ਰੋਟੀਆਂ ਤਿਆਰ ਕਰਦੇ ਹਾਂ। ਜਿੰਨੇ ਵੀ ਕੁੱਤੇ ਹੈ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਬਹੁਤ ਮੁਸ਼ਕਲ ਹੋ ਗਈ ਸੀ ਕਿ ਢਾਬੇ ਬੰਦ ਹੋ ਗਏ ਜੀ, ਪਹਿਲੇ ਤਾਂ ਉਹਨਾਂ ਨੂੰ ਢਾਬਿਆਂ ਤੋਂ ਜਾਂ ਲੋਕਾਂ ਦੇ ਘਰਾਂ ਤੋਂ ਰੋਟੀ ਰੁਟੀ ਮਿਲ ਜਾਂਦੀ ਸੀ, ਹੁਣ ਕੋਈ ਬਾਹਰ ਨਹੀਂ ਨਿਕਲਦਾ, ਉਹ ਵੀ ਵਿਚਾਰੇ ਭੁੱਖੇ ਬੇਚੈਨ ਸੀਗੇ, ਉਹਨਾਂ ਨੂੰ ਰੋਟੀ ਦਿੰਦੇ ਹਾਂ ਜੀ। ਕਿੱਥੇ ਜਿੱਥੇ ਸਾਨੂੰ ਕਈ ਜਗ੍ਹਾ ਇਹੋ ਜਿਹੇ ਸਾਨੂੰ ਛੋਟੇ ਪੱਪੀਜ ਮਿਲੇ ਜੀ, ਬਿਲਕੁਲ 2-2, 4-4 ਦਿਨ ਦੇ ਸੀਗੇ, ਉਹਨਾਂ ਵਾਸਤੇ ਆਪਾਂ ਦੁੱਧ 3 ਟਾਈਮ ਦਾ ਡਿਊਟੀ ਲਗਾਈ ਹੋਈ ਹੈ। ਸਾਡੇ ਵਲੰਟੀਅਰ ਸਾਰੇ ਇੱਥੇ, ਕੋਈ ਵੀ ਸਾਡੇ ਜਿਹੜੇ ਹੈਗੇ ਵਲੰਟੀਅਰ, ਕੋਈ ਵੀ ਪੇਡ ਨਹੀਂ ਹੈ ਜੀ, ਸਾਰੇ ਆਪਣੇ ਦਿਲ ਨਾਲੋਂ ਫ੍ਰੀ ਆਫ ਕੋਸਟ, ਕੋਈ ਉਹਨਾਂ ਨੂੰ ਲਾਲਚ ਨਹੀਂ ਜੀ, ਕੋਈ ਉਹਨੂੰ ਇੱਕ ਸੇਵਾ ਭਾਵਨਾ ਨਾਲ ਲੱਗੇ ਹੋਏ ਹਾਂ, ਲੋਕਾਂ ਨੇ ਸੇਵਾ ਭਾਵਨਾ ਦੇ ਉਸ ਤੋਂ ਹੀ ਸਾਨੂੰ ਇਹ ਸਹਿਯੋਗ। ਠੀਕ, ਥੈਂਕ ਯੂ। ਸੰਸਥਾ ਦੇ ਕੋ ਕਨਵੀਨਰ ਸਰਦਾਰ ਜਸਪ੍ਰੀਤ ਸਿੰਘ ਗਿੱਲ ਨੇ ਕਿਹਾ। ਮਹੀਨਾ ਹੋ ਗਿਆ, ਪਿਛਲੀ 26 ਤਰੀਕ ਨੂੰ ਅਸੀਂ ਲੋਕਡਾਊਨ ਤੋਂ ਬਾਅਦ ਇਹ ਮੁਹਿੰਮ ਸ਼ੁਰੂ ਕੀਤੀ ਸੀ, ਅੱਜ 1 ਮਹੀਨੇ ਹੋ ਗਿਆ ਅਤੇ ਅੱਜ ਅਸੀਂ ਪੂਰਾ 5500 ਪਰਿਵਾਰ ਕਰ ਲਿਆ। ਸਾਰੇ ਵੋਲੰਟੀਅਰਸ ਅਤੇ ਟੀਮ ਫੂਡ ਫੋਰ ਨੀਡੀ ਐਂਡ ਪੂਅਰ ਦੀ ਹੈਲਪ ਦੇ ਨਾਲ ਇਹ ਸੰਸਥਾ ਪੂਰੇ ਰੈਜੀਡੈਂਟਸ ਆਫ ਮੋਹਾਲੀ ਅਤੇ ਰੀਅਲ ਇਸਟੇਟ ਜਿੰਨੇ ਵੀ ਭਰਾ ਨੇ, NRI ਭਰਾ ਨੇ, ਜਿੰਨੇ ਵੀ ਵੋਲੰਟੀਅਰ ਆ ਕੇ ਮੋਨੀਟਰੀ ਹੈਲਪ ਕਰ ਰਹੇ ਨੇ ਅਤੇ ਰਾਸ਼ਨ ਇੱਥੇ ਆ ਕੇ ਦੇ ਕੇ ਜਾ ਰਹੇ ਅਤੇ ਵੋਲੰਟਰੀ ਹੈਲਪ ਕਰ ਰਹੇ, ਉਹਦੇ ਹਿਸਾਬ ਨਾਲ ਸਾਡੀ ਇਹ ਸੰਸਥਾ NGO ਚੱਲ ਰਹੀ ਸੀਗੀ ਅਤੇ ਇਹ ਅਸੀਂ 5500 ਪਰਿਵਾਰ ਕਰਤਾ। 1000 ਪਰਿਵਾਰ ਅਸੀਂ ਨੈਕਸਟ 30 ਤਰੀਕ 'ਤੇ ਅਸੀਂ 1000 ਪਰਿਵਾਰ ਕਰਦੇ, ਹੋਰ ਮਤਲਬ ਟੋਟਲ 6500 ਪਰਿਵਾਰ ਹੋ ਜੂ, ਅਤੇ ਜਦ ਤੱਕ ਇਹ ਲੋਕਡਾਊਨ ਚੱਲੂਗਾ, ਪਰਮਾਤਮਾ ਦੀ ਮਰਜ਼ੀ ਹੋਈ ਤਾਂ ਅਸੀਂ ਜ਼ਰੂਰ ਇਹਨੂੰ ਅੱਗੇ ਲੈ ਕੇ ਜਾਵਾਂਗੇ। ਸੰਸਥਾ ਦੇ ਕੋ ਕਨਵੀਨਰ ਸਰਦਾਰ ਹਰਪ੍ਰੀਤ ਸਿੰਘ ਡਡਵਾਲ ਨੇ ਕਿਹਾ। ਅਤੇ ਜਿਹੜਾ ਹੈਗਾ ਰਾਸ਼ਨ ਹੀ ਜਿਹੜਾ ਹੈਗਾ ਪ੍ਰੋਵਾਈਡ ਹੋ ਰਿਹਾ, ਰਾਸ਼ਨ ਇੱਥੇ ਦੀ ਸਪਲਾਈ ਹੋ ਰਹੀ ਪੂਰੇ ਮੋਹਾਲੀ ਦੇ ਵਿੱਚ, ਪੂਰੇ ਆਪਣੇ ਮੋਹਾਲੀ 'ਚ ਆਸ ਪਾਸ ਜਿੰਨੇ ਏਰੀਏ ਹੈਗੇ ਆ ਵੀ ਸਾਡੇ ਵਲੰਟੀਅਰ ਲੱਗੇ ਹੋਏ ਆ, ਜਿੱਦਾਂ ਜਸਵਿੰਦਰ ਜੀ ਨੇ ਦੱਸਿਆ ਸਾਰੇ ਲੱਗੇ ਹੋਏ ਆ ਵਲੰਟੀਅਰ ਸਾਰੇ ਆਪਣੀ ਜਗ੍ਹਾ ਜਗ੍ਹਾ। ਪਰ ਮੈਂ ਤੁਹਾਡੇ ਚੈਨਲ ਦੇ ਜਿਹੜਾ ਹੈਗਾ ਰਾਹੀਂ ਇੱਕ ਬੇਨਤੀ ਕਰਨਾ ਚਾਹੂੰਗਾ ਮੋਹਾਲੀ ਵਾਸੀਆਂ ਨੂੰ ਵੀ ਜੇ ਸਾਡੇ ਕੋਈ ਵੀ ਮੋਹਾਲੀ ਦਾ ਵਾਸੀ ਕੋਈ ਆਪਣਾ ਕੋਈ ਬਿਮਾਰ ਸ਼ਮਾਰ ਹੈ ਜਾਂ ਕੋਈ ਜੇ ਕਿਸੇ ਨੂੰ ਕੋਈ ਮੈਡੀਕਲ ਏਡ ਚਾਹੀਦੀ ਹੈ ਅਤੇ ਉਹ ਵੀ ਸਾਡੇ ਜਿਹੜੇ ਆ ਸਾਡੇ ਨੰਬਰ ਸਾਰਿਆਂ ਕੋਲ ਹੈਗੇ ਆ, ਵਟਸਐਪ ਗਰੁੱਪ ਬਣੇ ਆ, ਸਾਨੂੰ ਸੰਪਰਕ ਕਰ ਸਕਦੇ ਆ। ਅਸੀਂ ਉਹ ਮੈਡੀਕਲ ਪਿੱਛੇ ਜੇ ਅਸੀਂ ਜਿਹੜੀ 100 PPE ਕਿੱਟਸ ਜਿਹੜੀਆਂ ਹੈਗੀਆਂ 6 ਫੇਸ ਹੋਸਪਿਟਲ ਪ੍ਰੋਵਾਈਡ ਕੀਤੀਆਂ ਸੀਗੀਆਂ,
ਅਤੇ ਹੁਣ ਇਹ ਆ ਵੀ ਕਈ ਬੰਦੇ ਇਹੋ ਜਿਹੇ ਵੀ ਹੈਗੇ ਆ ਜਿਹੜੇ ਜ਼ਰੂਰੀ ਨਹੀਂ ਕਿ ਉਹ ਮਾੜਾ ਤਬਕਾ ਜਿਹੜਾ ਹੈਗਾ ਗਰੀਬ ਜਿਹੜੇ ਹੈਗੇ ਆ ਡੇਲੀ ਵੇਜਸ ਜਾਂ ਪ੍ਰਵਾਸੀ ਉਹੀ ਉਹਨਾਂ ਦੀ ਤਾਂ ਸਗੋਂ ਇਮਿਊਨਿਟੀ ਸਟਰੋਂਗ ਆ ਜਿਹੜੇ ਬੰਦੇ ਕਈ ਠੀਕ ਠਾਕ ਅੱਛੇ ਆਰਥਿਕ ਤੌਰ 'ਤੇ ਚੰਗੇ ਪਰ ਉਹਨਾਂ ਦਾ ਪਰਿਵਾਰ ਬਾਹਰ ਆ ਸਾਰਿਆਂ ਦਾ ਅਤੇ ਉਹ ਜਿਹੜੇ ਹੈਗੇ ਘਰ 'ਚ ਕਈ ਬਜ਼ੁਰਗ ਇਕੱਲੇ ਆ ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਦਵਾਈ ਦੇਣ ਵਾਲਾ ਕੋਈ ਨਹੀਂ ਉਹਨਾਂ ਨੂੰ ਮੈਡੀਕਲ ਏਡ ਦੇਣ ਵਾਲਾ ਲਿਜਾਣ ਵਾਲਾ ਕੋਈ ਨਹੀਂ ਉਹ ਵੀ ਸਾਡੇ ਮਤਲਬ ਕਿ ਅਸੀਂ ਉਹ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੀ ਵੀ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। इस मौके विशेष तौर पर हाजिर हुए साबका कौंसलर सरदार परमजीत सिंह कालो ने कहा, मेरे दोस्त शविंदर सिंह मेरे गुआंढी ने तो असी 7-8 जने ने मीटिंग करके प्रोग्राम बनाया कि जोड़े मजदूर लोग ने उन्होंने बेचारे ने राशन नहीं कट्ठा किया तो एकदम लॉकडाउन आ गया भी उन्होंने हेल्प की लोड़ है तो असी सवेरे मीटिंग करके उस तरह नीडी हेल्पर नीडी द एक संस्था बना के एन जी ओ बना के सारा काम शुरू किया जिन्हों बहुत ही ज़्यादा मोहाली वासियों ने समर्थन दिता तो उस तो बाद सानू सारे शहर वासियों ने फंड प्रोवाइड शुरू करने शुरू किए मोहाली प्रॉपर्टी डीलर एसोसीएशन ने फंड प्रोवाइड शुरू किए जिस शुरू किया काम अज 5500 पर जोड़े परिवार है उन्होंने कवर किया तो हाले होर भी 1100 बंदे का राशन पे है तो जे लॉकडाउन 3 तरीक तो होर अगे वध्या तो साड़ी कोशिश भी रहेगी कि अगे भी इस तरह ना लोड़वंद परिवारों नू लगातार राशन प्रोवाइड करते रहिए ताकि पंजाब अंदर जो किसी आस नाल आया है पंजाबियों के सुभाअ अनुसार साडा कोई वीर मोहाली शहर के अंदर या नेड़े तेड़े एरिए विच कोई भुखा ना सोवे। इस मौके होरना तो इलावा जतिंदर आनंद टिंकू मनु साहनी आशु आनंद दविंदर सिंह कमलप्रीत बैनीपाल अजैब सिंह नवनीत तोखी सतीश शारदा गौरव भारती राजेश गुप्ता चेयरमैन गुरुकुल स्कूल बी के गोयल जुबली ग्रुप अमरदीप सिंह पमरा अते होर पतवंते हाजिर सन। जेकर तुहानू साडा चैनल पसंद आया है तो इस नू सबसक्राइब जरूर करो अते घंटी 10 विच आन करो ता जो साडीआं खबरां तुहानू लगातार मिलदीआं रहन। तुहाडा प्यार ही साडी ताकत है। स्काई हक टाइम्स लई पवन रावत दे नाल जसविंदर सिंह दी रिपोर्ट।